जी सज्जनों ते बेलियो की हाल चाल है, ठीक हो ना। अज असी तुहानू लोर दे तारीखी मकामात की सैर करावांगे, उस लोर शहर की सैर करावांगे जिंदे बारे जी मशहूर है जी लोरीए गलत रास्ता दस के तुहानू पूरे लोर शहर की सैर करवा देंदे ने। तारीखी मकामात की सैर करवाण तो पहले जी असी होना सी जी नाश्ता करन गए हाँ मियाँ नासर जी कोलो। ए जी कैंची अमर सिद्धू दे मशहूर चने वाले ने, अगर तुसी भी नाश्ता करना होवे ते इत्थे जरूर आया जे, बहुत ही स्वाद आ जाता है जी नाश्ता करके। लोरी आन तो चंगा नाश्ता ना करन ऐ किते हो सकता है। जी खस्ता तुसी देख सकते हो नान ने नाल जी चने। हुण असी चले हाँ जी मनारे पाकिस्तान। ਇਹ ਤੁਹਾਨੂੰ ਲਾਹੌਰ ਦੀ ਟ੍ਰੈਫਿਕ ਦੱਸਦੀ ਪਈ ਹੈ ਕਿ ਤੁਸੀਂ ਜੀ ਲਾਹੌਰ ਵਿੱਚ ਹੀ ਹੋ। ਇਹ ਜੀ ਹੁਣ ਅਸੀਂ ਆਜ਼ਾਦੀ ਚੌਂਕ ਪਹੁੰਚ ਚੁੱਕੇ ਹਾਂ। ਇੱਥੋਂ ਜੀ ਤੁਹਾਨੂੰ ਮਨਾਰੇ ਪਾਕਿਸਤਾਨ ਵੀ ਨਜ਼ਰ ਆ ਰਿਹਾ ਅਤੇ ਬਾਦਸ਼ਾਹੀ ਮਸਜਿਦ ਵੀ ਨਜ਼ਰ ਆਏਗੀ ਤੁਹਾਨੂੰ। ਅਗਰ ਕਿਸੇ ਨੇ ਬਾਹਰੋਂ ਬਾਹਰੋਂ ਲਾਹੌਰ ਨੂੰ ਲਾਹੌਰ ਦੇ ਤਾਰੀਖੀ ਮਕਾਮਾਤ ਮਨਾਰੇ ਪਾਕਿਸਤਾਨ ਅਤੇ ਬਾਦਸ਼ਾਹੀ ਮਸਜਿਦ ਨੂੰ ਵੇਖਣਾ ਹੈ ਤਾਂ ਇੱਥੇ ਖਲੋ ਕੇ ਵੇਖ ਸਕਦਾ। ਇਹ ਜੀ ਲਾਹੌਰ ਦਾ ਮਸ਼ਹੂਰ ਜੀ ਚੌਂਕ ਹੈਗਾ ਜੀ ਆਜ਼ਾਦੀ ਚੌਂਕ, ਇਹਨੂੰ ਕਿਹਾ ਜਾਂਦਾ ਮਨਾਰੇ ਪਾਕਿਸਤਾਨ ਚੌਂਕ ਵੀ ਕਿਹਾ ਜਾਂਦਾ ਇਹਨੂੰ। ਹੁਣ ਅਸੀਂ ਜੀ ਦਾਖਲ ਹੋਣ ਲੱਗੇ ਹਾਂ ਮਨਾਰੇ ਪਾਕਿਸਤਾਨ। ਅਸੀਂ ਜੀ ਦਾਖਲ ਹੋ ਗਏ ਹਾਂ ਮਨਾਰੇ ਪਾਕਿਸਤਾਨ ਦੇ ਅਹਾਤੇ 'ਤੇ। ਤੁਸੀਂ ਵੇਖ ਸਕਦੇ ਹੋ ਤੁਹਾਨੂੰ ਗ੍ਰੇਟਰ ਇਕਬਾਲ ਪਾਰਕ ਵੀ ਨਜ਼ਰ ਆ ਰਿਹਾ, ਬਹੁਤ ਹੀ ਵੱਡਾ ਸਾਰਾ ਪਾਰਕ ਆ। ਮਨਾਰੇ ਪਾਕਿਸਤਾਨ ਦੇ ਬਾਰੇ ਅਗਰ ਤੁਹਾਨੂੰ ਨਹੀਂ ਪਤਾ ਕਿ ਇਹਦੀ ਤਾਰੀਖ ਕੀ ਹੈ ਅਤੇ ਤੁਹਾਨੂੰ ਮੈਂ ਦੱਸਦਾ ਚਲਾਂ, 23 ਮਾਰਚ 1940 ਨੂੰ ਜਿਹੜੀ ਕਰਾਰਦਾਦੇ ਪਾਕਿਸਤਾਨ ਮਨਜ਼ੂਰ ਹੋਈ ਸੀ ਉਹ ਇੱਥੇ ਹੀ ਹੋਈ ਸੀ। ਔਰ ਇਹਦੇ ਬਾਰੇ ਅਗਰ ਤੁਹਾਨੂੰ ਨਹੀਂ ਪਤਾ ਕਿ ਇਹਦੀ ਉੱਚਾਈ ਕਿੰਨੀ ਹੈ ਅਤੇ ਇਹਦੀ ਉੱਚਾਈ ਜੀ 230 ਫੁੱਟ ਆ, ਬਹੁਤ ਹੀ ਜ਼ਿਆਦਾ ਉੱਚਾਈ। ਇਹਨੂੰ ਬਣਾਉਣ ਵਾਲਾ ਜੀ ਤੁਰਕੀ ਦਾ ਬੰਦਾ ਸੀ ਮੁਰਾਦ ਖਾਨ, ਉਹ ਵੀ ਲੱਗਦਾ ਵਾ ਵਾ ਕੱਦ ਘਾਟ ਵਾਲਾ ਹੀ ਬੰਦਾ ਸੀ, ਐਡਾ ਉੱਚਾ ਮਨਾਰੇ ਪਾਕਿਸਤਾਨ ਬਣਾ ਲਿਆ ਉਹਨੇ। ਇੱਥੇ ਜੀ ਨਵੇਂ ਨਵੇਲੇ ਜੀ ਸ਼ਾਦੀ ਵਾਲੇ ਜੋੜੇ ਵੀ ਆਏ ਹੋਏ ਸਨ ਹਨੀਮੂਨ ਮਨਾਉਣ। ਇਹ ਜੀ ਨਾਲ ਹੀ ਪਾਣੀ ਸੀ ਅਤੇ ਇਹਦੇ ਵਿੱਚ ਕਿਸ਼ਤੀਆਂ ਚੱਲਦੀਆਂ ਪਈਆਂ ਸੀ, ਪੂਰਾ ਪੂਰਾ ਟੱਬਰ ਜੀ ਕਿਸ਼ਤੀ 'ਚ ਸਵਾਰ ਹੋਇਆ ਹੋਇਆ ਸੀ, ਕਿਸ਼ਤੀ ਵੀ ਡੋਲਦੀ ਸੀ ਕਦੀ ਇੱਧਰ ਅਤੇ ਕਦੀ ਉੱਧਰ। ਇਹ ਜੀ ਉਹ ਬੁੜੀਆਂ ਨੂੰ ਤੁਸੀਂ ਵੇਖ ਸਕਦੇ ਹੋ, ਗੰਗਾਂ ਟੁੱਟਦੀਆਂ ਪਈਆਂ ਨੇ, ਆਪਣੇ ਬੰਦਿਆਂ ਨੂੰ ਪਿੱਛੇ ਛੱਡ ਗਈਆਂ ਨੇ, ਇਹਨਾਂ ਨੂੰ ਲੱਗਦਾ ਵਾਹ ਵਾਹ ਕਾਲੀ। ਇਹ ਜੀ ਤੁਸੀਂ ਬੱਚੇ ਵੀ ਦੇਖ ਸਕਦੇ ਹੋ ਕੀਸੀਆਂ ਲੈਂਦੇ ਪਏ ਨੇ। ਅਗਰ ਤੁਹਾਨੂੰ ਭੁੱਖ ਲੱਗ ਜੇ ਜੀ ਕਿਉਂਕਿ ਐਡਾ ਵੱਡਾ ਸਾਰਾ ਪਾਰਕ ਆ ਤਾਂ ਤੁਸੀਂ ਇੱਥੇ ਜੀ ਖਾਣਾ ਵੀ ਖਾ ਸਕਦੇ ਹੋ, ਬਿਰਿਆਨੀ ਵੀ ਤੁਹਾਨੂੰ ਮਿਲ ਸਕਦੀ, ਚਿਕਨ ਬਿਰਿਆਨੀ, ਮਟਨ ਬਿਰਿਆਨੀ, ਜਾਂ ਫਿਰ ਅੱਗੇ ਤੁਸੀਂ ਸਮਝ ਗਏ ਹੋ। ਇਨਸ਼ਾਅੱਲਾ ਅਗਲੀ ਵੀਡੀਓ ਨਾਲ ਫਿਰ ਮਿਲਾਂਗੇ। ਅੱਲਾਹ ਹਾਫਿਜ਼।